ਰੈਸਟ ਕਰਨ ਡਿਆ ਤੇ ਮੈਂ ਰੈਸਟ ਕਰਨ ਡਿਆ ਤੇ ਹੁਣੇ ਗਿਆ 8:30 ਵਜੇ ਤੇ ਮੈਂ ਇਹਨਾਂ ਨੂੰ ਮੈਨੂੰ ਫੋਨ ਆਇਆ ਬਈ ਇੱਕ ਦਾ ਆਂਦਾ ਮੇਰੇ ਪਾਪਾ ਨੂੰ ਵੜਤਾ ਉਹਨਾਂ ਨੇ ਦਾਤਣ ਮਾਰਤਾ ਬਚਾ ਲਓ ਉਸਕੋ ਮੈਂ ਦਵਾ ਦਵਾ ਆਇਆ ਮੈਂ ਕਿਹਾ ਆ ਗਿਆ ਬਸ ਮੈਂ ਉਤਨੇ ਟਾਈਮ ਆਇਆ ਇੱਥੋਂ ਤੇ ਮੁੜੇ ਇਹਦੇ ਮੈਂ ਕਿਹਾ ਉੱਥੇ ਇੱਕ ਬੰਦਾ ਫੜਿਆ ਸੀ ਇਹਨਾਂ ਨੇ ਉਹਨੂੰ ਹੀ ਕੁੱਟ ਮਾਰ ਕੇ ਕਰਕੇ ਇੱਥੇ ਮਾੜਾ ਮੋਟਾ ਲਿਆਂਦਾ ਇੱਕ ਪਿਸਤੌਲ ਇੱਕ ਦਾਤਰ ਇਹਨਾਂ ਕੋਲ ਫੜਿਆ ਵਾ ਇੱਕ ਫੋਨ ਤੇ ਬਾਕੀ ਜਿਹੜੇ ਆ 3 ਫੋਨ ਇਹਨਾਂ ਦੇ ਚੋਰੀ ਕਰਕੇ ਲੈ ਗਏ ਆ ਤੇ ਬੈਗ ਚੁੱਕ ਕੇ ਵੀ ਭੱਜਣ ਡਏ ਇਹਨਾਂ ਦੇ ਅੰਦਰ ਮੈਂ ਨਾ ਬਹੁਤ ਜਾਣਾ ਡੇਲੀ ਹੁੰਦੀਆਂ ਵਾ ਡੇਲੀ ਹੁੰਦੀਆਂ ਵਾ ਹਾਂਜੀ ਪੁਲਿਸ ਨੂੰ ਸ਼ਿਕਾਇਤ ਕਰਤੀ ਫੜਾ ਤਾ ਵੇਖੋ ਹੁਣ ਪ੍ਰਸ਼ਾਸਨ ਕੀ ਕਰਦਾ ਇਹਨਾਂ ਛੱਡ ਦਿੰਦਾ ਜਾ ਕੇ ਕਰਦਾ ਪਰ ਚਾਹੇ ਸਾਨੂੰ ਨੀ ਹੁਣ ਪਤਾ ਆੜੇ ਥੇ ਨਾ ਤਿਮਵਾ ਰੋਡ ਦੇ ਮੜੀਆਂ ਵਾ ਤੇ ਪਰਸੋਂ ਚੌਦੇ ਸੰਸਕਾਰ ਸੀ ਤੇ ਆਪਾਂ ਗਏ ਉੱਥੇ ਤੇ ਮੈਂ ਅੰਦਰ ਨਾ ਮੋਟਰ ਚਲਾਉਣ ਗਿਆ ਤੇ ਅੰਦਰ ਨਾ 5-4 ਜਾਣੇ ਸਮੈਕ ਪੀਣ ਡੇ ਉਹਨਾਂ ਨੇ ਇਹ ਨੀ ਹਿੰਮਤ ਵੀ ਕੋਈ ਆਇਆ ਜਾਂ ਉੱਠ ਕੇ ਭੱਜੀਏ ਕਿਤੇ ਠੀਕ ਹੈ ਜੀ ਉਹ ਅੰਦਰ ਪਰੇ ਹੋ ਕੇ ਸ਼ਰਮੈਕ ਪੀਣ ਡਿਆ ਪਰ ਉਹ ਕਹਿੰਦੇ ਮੋਟਰ ਚਲਾਉਣ ਤੋਂ ਇਹ ਨੀ ਕਿਹਾ ਵੀ ਕੋਈ ਆਇਆ ਅਸੀਂ ਭੱਜੀਏ ਫਿਰ ਵੇਖੋ ਜੀ ਆਪਣੇ ਪਿੰਡ ਦੇ ਨੀ ਧੀਰੇਕੋਟ ਤੋਂ 2 ਬੰਦੇ ਹੋਰ ਹੋਈ ਉਹ ਸਮੈਕ ਪੀਣ ਡੇ ਉੱਥੇ ਆ ਗਏ ਬਾਹਰਲੇ ਪਿੰਡਾਂ ਤੋਂ ਆ ਗਏ ਜਿਹੜੇ ਸਾਡੇ ਪਿੰਡ ਦੇ ਸਮੈਕ ਪੀਂਦੇ ਆ ਤੇ ਪ੍ਰਸ਼ਾਸਨ ਜਿਹੜਾ ਮਾਸਾ ਨੀ ਕੁਛ ਨੀ ਵੇਖਣ ਨੀ ਡਿਆ ਇੱਥੇ ਠੀਕ ਹੈ ਜੀ ਬਹੁਤ ਜ਼ਿਆਦਾ ਇੱਥੇ ਲੁੱਟਾਂ ਖਾਵਾਂ ਬਹੁਤ ਜ਼ਿਆਦਾ ਨਹੀਂ ਆ ਇਹ ਜਿਹੜੀ ਐਰਕਾਂ ਸੀਜ਼ਨ ਹੋਈ ਹੈ ਪਿਛਲੇ ਸੀਜ਼ਨ ਵੀ ਇੱਕ ਹੋਈ ਸੀ ਪਹਿਲੇ ਵੀ ਇਸੇ ਮੋਟਰ ਦੇ ਉੱਤੇ ਭਈਏ ਕੋਲੋਂ ਮੋਬਾਈਲ ਖੋ ਕੇ ਲੈ ਗਏ ਪੈਸਾ ਧੇਲਾ ਖੋ ਕੇ ਲੈ ਤੁਹਾਡੀ ਮੋਟਰ ਦੇ ਮਤਲਬ ਇੱਥੇ ਹੀ ਹੋਇਆ ਉਹ ਤੁਹਾਡੀ ਮੋਟਰ ਦੂਜੇ ਨੇ ਮੋੜਦੇ ਆ ਹੈ ਗਈ ਇਸੇ ਰੋਡ ਦੇ ਉੱਤੇ ਹੀ ਹੋਇਆ ਪਹਿਲੇ ਸੀਜ਼ਨ ਵੀ ਇਹੋ ਗੱਲ ਸੀ ਐਰਕਾਂ ਵੀ ਸੀ ਨਾ ਪ੍ਰਸ਼ਾਸਨ ਤੁਹਾਨੂੰ ਵੀ ਸਾਰਾ ਕੁਝ ਸੁਣੀਆਂ ਤੇ ਮਾੜਾ ਜਿਹਾ ਕੋਈ ਨਾ ਕੋਈ ਚੱਕਰ ਵਗੈਰਾ ਮਾਰਿਆ ਕਰੋ ਰਾਤ ਨੂੰ ਇਹ ਪਰਦੇਸੀ ਲੋਕ ਆਏ ਸਾਡੇ ਦੇ ਇੱਥੇ ਸਾਡੇ ਵਿਸ਼ਵਾਸ ਦੇ ਮੋਟਰਾਂ ਦੇ ਬੈਠੇ ਆ ਤੇ ਜੇ ਇਹ ਇਦਾਂ ਹੀ ਹੋਊਗਾ ਤੇ ਇਹ ਪਰਦੇਸੀ ਲੋਕ ਸਾਡੇ ਕੋਲ ਨਹੀਂ ਆ ਸਕਦੇ ਅਗਲੀ ਵਾਰ ਤੋਂ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਇਹੋ ਮੰਗ ਚਾਹੁੰਦੇ ਹਾਂ ਵੀ ਜੋ ਵੀ ਆ ਤੁਸੀਂ ਸਾਨੂੰ ਜਿਹੜਾ ਇਨਸਾਫ਼ ਦਿੱਤਾ ਜਾਵੇ ਸੈਰ ਵਾਸਤੇ ਆਏ ਹਾਂ ਤੇ ਸਾਡਾ ਮੋਬਾਇਲ ਖੋ ਕੇ ਲੈ ਗਏ ਆ ਠੀਕ ਹੈ ਤੇ ਮੇਰੀ FIR ਉੱਥੇ ਚੌਂਕੀ 'ਚ ਪਈ ਹੋਣੀ ਅਜੇ ਵੀ ਭਾਵੇਂ ਚੈੱਕ ਕਰ ਲਿਓ ਪਰ ਪ੍ਰਸ਼ਾਸਨ ਕੋਲੋਂ ਕੋਈ ਇਹਨਾਂ ਕੋਈ ਪੈਟਰੋਲਿੰਗ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਇਹਨਾਂ ਦੀ ਕੰਧ 'ਤੇ ਜੂਣੀ ਸਰਕੀ ਵੀ ਠੀਕ ਹੈ ਆਹ ਨੈਕਸਟ ਹਫ਼ਤੇ ਫਿਰ ਇਹ ਕਾਰਵਾਈ ਹੋ ਗਈ ਆ ਇਹਨਾਂ ਨੂੰ ਇਹ ਬੰਦੇ ਉਹੀ ਆ ਅਤੇ ਅਸੀਂ ਪ੍ਰਸ਼ਾਸਨ ਕੋਲ ਇਹੋ ਹੀ ਮੰਗ ਕਰਦੇ ਹਾਂ ਕਿ ਸਾਡਾ ਘਰੋਂ ਨਿਕਲਣਾ ਬਾਹਰ ਮੁਸ਼ਕਲ ਹੋਇਆ ਆ ਅਤੇ ਅਸੀਂ ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀਆਂ ਨਾਲ ਬਣਦੀ ਕਾਰਵਾਈ ਕੀਤੀ ਜਾਵੇ ਹਾਂ ਬਖਰੇ ਥੇ ਉਧਰ ਤੇ ਆਇਆ 2 ਬੰਦੇ ਹਮਕੋ ਪਕੜ ਲਿਆ 2 ਦਾਂਤਰ ਇਸ ਪੇ ਲਗਾਇਆ ਫਿਰ ਹਮਾਰਾ ਮੋਬਾਈਲ ਲੈ ਲਿਆ ਬਸ ਫਿਰ ਮਾਰਪੀਟ ਕਰਨੇ ਲਗਾ ਯਹਾਂ ਪੇ ਫਿਰ ਮਾਰਪੀਟ ਕਰਨੇ ਕੇ ਬਾਅਦ ਬੋਲਾ ਸਾਰੇ ਬੰਦਾ ਉਧਰ ਹੋ ਜਾਓ ਆ ਇੱਕ ਹਮਾਰਾ ਨੰਬਰਦਾਰ ਥਾ ਉਸਕੋ ਪਕੜ ਕੇ ਵਹਾਂ ਪਰ ਫੂਟ ਰਹਾ ਥਾ ਵਹਾਂ ਪੇ ਦਾਤਰ ਜੀ ਦੇ ਮਾਰਾ ਜੋਗਿੰਦਰ ਹਾਂ ਜੋਗਿੰਦਰ ਕੋ 2-3 ਦਾਂਤਰ ਉਸਕੋ ਲਗਾਇਆ ਸਰ ਫਾੜ ਦਿਆ ਹੈ ਅਭੀ ਹਸਪੀਟਲ ਮੇਂ ਭਰਤੀ ਹੈ ਕਿਤਨੇ ਆਦਮੀ ਥੇ ਆ 3 ਆਦਮੀ ਥੇ ਵੋ ਕਿਆ ਕਿਆ ਥੇ ਆਤਾ ਉਸਕੋ ਬਾਅਦ एक पिस्टन था 2 दांतर ले रखा था इतना क्या बोलते थे क्या पैसा मांग रहे थे पैसे मांग रहा था पहले मोबाइल कैचअप कर लिया सब को मोबाइल ले लिया मोबाइल लेने के बाद अंदर घुसा बैग बुक चुक कर लेकर जा रहा था पैसा देख रहा था पैसे है कि नहीं इसके पास में हमारे लोग के पास में पैसे रहता नहीं है कहीं पे उसके पास में कुछ पैसे भी था वो ले लिया कि नहीं लिया कोई पता नहीं लगा मैं जनरल शॉप करता वा मेरी मोटर वा 14 ਕੱਲੇ ਪੈ ਰਹੀ ਹੈ ਮੇਰੇ ਚਾਚੇ ਦਾ ਬੇਟਾ ਅਸੀਂ ਕੁਦਰਤੀ ਮੈਂ ਤੇ ਮੇਰੇ ਪਿੰਡ ਦਾ ਮਿੱਤਰ ਇਕੱਠੇ ਕੁਦਰਤੀ ਲੇਟ ਹੋ ਗਏ 9:15 ਹੋ ਗਏ ਸਾਨੂੰ ਅਸੀਂ ਇੱਥੇ ਆਏ ਇੱਥੇ ਨਾ ਆਉਂਦਿਆਂ ਨੂੰ ਇੱਟਾਂ ਦੀ ਗੋਲਾਬਾਰੀ ਹੋਣ ਡਈ ਆ ਤੇ ਸਾਡੀਆਂ ਲਾਈਟਾਂ ਵੇਖ ਕੇ ਨਾ ਉਹ ਪਤਾ ਨੀ 2-3 ਬੰਦੇ ਸੀ ਸਾਨੂੰ ਜਿੰਨੇ ਦੇਖੇ ਆ 2 ਬੰਦਿਆਂ ਨੂੰ ਭੱਜ ਗਏ ਆ ਭਈ ਇਹ ਕਹਿੰਦੇ ਸਾਨੂੰ ਵੜਤਾ ਵੜਤਾ ਮੈਂ ਮੇਰੇ ਕੋਲ ਐਕਟਿਵਾ ਇੱਕ ਮੇਰਾ ਮਿੱਤਰ ਛੋਟਾ ਵੀਰ ਉਹਨੂੰ ਅਸੀਂ ਸਕੂਟਰ ਤੇ ਲੈ ਕੇ ਤੇ ਐਣੋ ਨਾ ਧਾਣ ਤੱਕ ਗਏ ਆ ਆਉਂਦਿਆਂ ਇੱਕ ਬੰਦਾ ਐਣੋ ਭੱਜਿਆ ਵਾ ਧਾਣ ਨੂੰ ਸ਼ਾਰਟਕੱਟ ਉਹਨਾਂ ਨੂੰ ਮੁੜ ਕੇ ਭਈਆਂ ਨੇ ਫੋਨ ਕਰਤਾ ਵਾ ਉਹ
ਇੱਕ ਤਾਂ ਦਾਤਰ ਨਾਲ ਕੰਨ ਵੱਢਿਆ, ਮੇਰੇ ਕੋਲ ਆਉਂਦਿਆਂ ਨੂੰ ਇੱਕ ਫੋਨ ਬਰਾਮਦ ਹੋਇਆ, ਇੱਕ ਏਅਰ ਪਿਸਟਲ ਬਰਾਮਦ ਹੋਇਆ ਵਾ, ਇੱਕ ਦਾਤਰ ਬਰਾਮਦ ਹੋਇਆ, ਉਹ ਫੜ ਲਿਆ ਮੈਂ। ਇਹਨਾਂ ਨੇ ਭਾਈ ਬੰਦਾ ਫੜਿਆ, ਉਹ ਕੁੱਟ ਕੁੱਟ ਮਾਰਨ ਡੇ, ਮੈਂ ਛੱਡੋ ਇਹਨੂੰ, ਆਪਾਂ ਪ੍ਰਸ਼ਾਸਨ ਨੂੰ ਫੋਨ ਕਰਦੇ ਹਾਂ, ਸਾਨੂੰ ਸਾਥ ਮਿਲੂਗਾ। ਇੱਥੇ ਅਕਸਰ ਹੀ ਸਾਡੀਆਂ ਮੋਟਰਾਂ 'ਤੇ ਲੁੱਟ ਖੋਹ ਹੁੰਦੀ ਰਹਿੰਦੀ ਆ, ਸਾਨੂੰ ਪੁਲਿਸ ਤੋਂ ਕਦੀ ਵਿਸ਼ਵਾਸ ਨਹੀਂ ਹੋਇਆ ਵੀ ਸਾਨੂੰ ਸਾਡਾ ਇਨਸਾਫ ਮਿਲੇ, ਭਾਵੇਂ ਅਕਾਲੀ ਭਾਵੇਂ ਕਾਂਗਰਸ ਭਾਵੇਂ ਆਪ ਆ, ਹੈ ਨਾ। ਸਾਨੂੰ ਸਾਨੂੰ ਚਾਹੀਦਾ ਇਹ ਆ ਵੀ ਸਾਡੀਆਂ ਮੋਟਰਾਂ ਵਾ, ਸਾਡਾ ਇੱਥੇ ਸਾਡਾ ਕੋਈ ਬੱਚਾ ਧੀ ਪੁੱਤ ਨਿਆਣਾ ਸਾਡਾ ਭਰਾ ਚਾਚਾ ਤਾਂ ਆਉਂਦਾ, ਸਾਨੂੰ ਸੇਫ ਸਾਈਡ ਚਾਹੀਦੀ ਹੈ, ਤੇ ਸਾਨੂੰ ਇਹੋ ਬੇਨਤੀ ਆ। ਹੁਣ ਮੌਕੇ ਦੇ ਬੰਦੇ ਬਰਾਮਦ ਹੋ ਗਏ ਆ, ਇਹ ਪੁਲਿਸ ਨੂੰ ਸਾਨੂੰ ਇੱਕ ਮਿੰਟ ਦਾ ਵੀ ਨਹੀਂ ਵਿਸ਼ਵਾਸ ਹੈਗਾ ਤੇ ਸਾਨੂੰ ਨਾ ਮੇਰੇ ਨਾ ਭਾਈ ਮੇਰੀ 50 ਸਾਲ ਹੋ ਗਏ, 50 ਸਾਲ ਦੀ ਇੱਕ ਵਾਰੀ ਪੁਲਿਸ ਕੋ ਮੈਨੂੰ ਨਹੀਂ ਵਿਸ਼ਵਾਸ ਵੀ ਪੁਲਿਸ ਮੇਰਾ ਕਦੇ ਸਵਾਰ ਦੂਗੀ। ਕਿਤੇ ਫੋਨ ਦੀ ਰਿਪੋਰਟ ਲਿਖਾ ਦਿਓ ਤੇ ਫੋਨ ਚੁੱਕਿਆ ਕਹਿੰਦੇ ਹੁੰਦਾ ਪੈਸੇ ਦੇ ਕੇ ਕੋਈ ਲੈਂਦਾ, ਨਹੀਂ ਮੇਰੇ ਤੇ ਨਹੀਂ ਚਲਾਇਆ, ਆਉਂਦੇ ਨੇ ਭੱਜਣ ਲੱਗੇ, ਅਸੀਂ ਮੌਕੇ ਤੇ ਪਹੁੰਚ ਗਏ ਆ, ਸਭ ਤੋਂ ਮੌਕੇ ਤੇ ਪਹਿਲਾਂ ਮੈਂ ਹੀ ਪਹੁੰਚਿਆ, 3 ਬੰਦੇ ਸੀ। ਸਰਕਾਰ ਕੋ ਮੰਗਦੇ ਸਾਨੂੰ ਸਾਥ ਮਿਲੇ, ਇੱਥੇ ਸਾਡੇ ਲੁੱਟਾਂ ਹੋਇਆ ਬੰਦ ਕਰੇ, ਨਸ਼ਾ ਬੰਦ ਕਰੇ, ਸਾਨੂੰ ਕੋਈ ਨਹੀਂ। ਇਨਸਾਫ ਦੀ ਮੰਗ ਕਰਦੇ ਹਾਂ।